ਸਰਦਾਰ ਭੈਣ ਸਿੰਘ ਜੀ ਵਿਰਾੜ ਜੋ ਅਸੇ ਤੇ ਸਰਦਾਰ ਲਖਵਿੰਦਰ ਸਿੰਘ ਜੀ ਵਿਰਾੜ ਜੋ ਅਸੇ ਲਖਵਿੰਦਰ ਸਿੰਘ ਜੀ ਕੈਨੇਡਾ ਸਾਰੇ ਸਪਾਂਸਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਧਰ ਨੌਜਵਾਨ ਗਗਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਤੇ ਜੱਸੀ ਦੀ ਕੋਸ਼ਿਸ਼ ਚੱਲਦਾ ਹੋਇਆ ਮੁਕਾਬਲਾ ਫੜਿਆ ਗੁੱਟ ਵੱਜੀ ਹੋਈ ਕੈਂਚੀ ਤੇ ਬੋਰੀਆਂ ਨਿਚੋੜੀਆਂ ਤੇ ਰੱਸਾ ਬਹੁਤ ਚੜਿਆ ਕਰਨ ਚੋਂ ਦੁੱਧ ਪੀਤਾ ਆਰੇ ਦਾ ਉਕੜਿਆ ਭੱਜਣ ਦੀ ਯੁਰਤ ਰਾਏ ਨਾਲ ਉਸ ਧਾਵੀ ਵਿੱਚ ਜਾਣਦੇ ਆ ਸਾਰੇ ਗੁੱਟ ਜੀਦਾ ਜੀਦਾ ਫੜਿਆ ਜਾਣਦੇ ਆ ਸਾਰੇ ਗੁੱਟ ਜੀਦਾ ਜੀਦਾ ਫੜਿਆ ਪਾਵੀ ਹਰਵਿੰਦਰ ਸਿੰਘ ਨੌਜਵਾਨਾਂ ਕਬੱਡੀ ਲਓ ਕਾਲੂ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਕਿ ਅੰਗ ਅੰਗੇ ਦੇ ਵਿੱਚ ਬੜੀ ਅਸ਼ਤਾਨੀ ਹੁਣ ਲੋਕੋ ਇਹਦੇ ਉੱਤੇ ਪੂਰੇ ਜ਼ੋਰ ਦੀ ਜਵਾਨੀ ਗਰਾਊਂਡ ਵਿੱਚ ਯਾਰੋ ਇਹ ਮਟਕ ਮਟਕ ਤੁਰਦਾ ਚੋਟੀ ਦਾ ਇਹ ਧਾਵੀ ਕਾਲੂ ਰਸੂਰਪੁਰ ਦਾ ਚੋਟੀ ਦਾ ਇਹ ਧਾਵੀ ਕਾਲੂ ਰਸੂਰਪੁਰ ਦਾ ਬਾਬੇ ਗੁਰਦਿਆਲ ਸਿੰਘ ਦਾ ਪੋਤਾ ਸਰਦਾਰ ਜਰਨੈਲ ਸਿੰਘ ਸਿੱਧੂ ਦਾ ਪੁੱਤਰ ਹਰਵਿੰਦਰ ਸਿੰਘ ਇਸ ਵੇਲੇ ਮੇਰੇ ਵੀਰੋ ਪਾਈ ਹੋਈ ਕਬੱਡੀ ਲਓ ਫੜਿਆ ਗਿਆ ਗੇਟਾ ਮਾਰ ਦੋ ਤਾੜੀਆਂ ਦਰਸ਼ਕ ਵੀਰੋ ਇਸ ਵੇਲੇ ਮੁਕਾਬਲਾ ਸਖਤ ਹੈ ਪਰ ਕਾਲੂ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਐਡਜਸਟ ਕਰਦਾ ਹੋਇਆ ਆਪਣੀ ਟੀਮ ਲਈ ਜੋੜਦਾ ਹੋਇਆ ਨਿੰਬਾ ਪੋਸੀਆ ਲੰਡਿਆਂ ਵਾਲਾ 100 ਰੁਪਇਆ ਕਾਲੂ ਲਈ ਭੇਜਦਾ ਫਸਟ ਏਡ ਦੇ ਲਈ ਡਾਕਟਰ ਸਾਹਿਬ ਅਰੋੜ ਤਾਂ ਉਹ ਜਲਦੀ ਦੇ ਨਾਲ ਜਗਦੀਪ ਡਾਕਟਰ ਜੀ ਉਹਨਾਂ ਨੂੰ ਮੇਰੀ ਬੇਨਤੀ ਉਹਨਾਂ ਦੀ ਡਿਊਟੀ ਆਪਣੀ ਡਿਊਟੀ ਨੂੰ ਅੱਗੇ ਸਾਂਭਣ ਇਧਰ ਮਾੜੀ ਦਾ ਸ਼ਿਕੰਦਰ ਪ੍ਰਸਿੱਧ ਕਬੱਡੀ ਖਿਡਾਰੀ ਉਹ ਵੀ ਆਪਣੀ ਟੀਮ ਨੂੰ ਲੈ ਕੇ ਪੁੱਜਿਆ ਹੋਇਆ ਇਧਰ ਲੱਗਦਾ ਹੋਇਆ ਜੱਫਾ ਕੰਤਾ ਰਸੂਰਪੁਰੀਆ ਮੇਰੇ ਵੀਰੋ ਦੋ ਵਾਰ ਕੈਨੇਡਾ ਦੀ ਧਰਤੀ ਤੇ ਖੇਡਿਆ ਸ਼ਾਨੇ ਪੰਜਾਬ ਦੀ ਟੀਮ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਖੇਡ ਗਰਾਊਂਡਾਂ ਵਿੱਚ ਅੰਟਾਰੀਓ ਦੇ ਵਿੱਚ ਯੰਗ ਕਬੱਡੀ ਕਲੱਬ ਵੱਲੋਂ ਇਸ ਵੇਲੇ ਨੌਜਵਾਨ ਅਗਲੀ ਕਬੱਡੀ ਸ਼ੀਰਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਬਿਲਕੁਲ ਤਿਆਰ ਨੇ ਵੇਖੋ ਸਾਹਮਣੇ ਸ਼ੀਰੇ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਨੌਜਵਾਨ ਗੱਭਰੂ ਸ਼ੀਰਾ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਗਗਨ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਜਾਫੀ ਤਿਆਰ ਨੇ ਮੇਰੀ ਹਰਦੀਪ ਡਾਕਟਰ ਜੀ ਨੂੰ ਬੇਨਤੀ ਹੈ ਵੀ ਪਲੇਅਰ ਦੇ ਸੱਟ ਲੱਗੀ ਹੈ ਜਲਦੀ ਨਾਲ ਗਰਾਊਂਡ 'ਚ ਆ ਜਾਣ ਉਧਰ ਧਾਨਾ ਵੈਰੋਕੇ ਨਾਲ ਗੁਰਸੇਵ ਸਿੰਘ ਜੀ ਗੁੱਲਾ ਜਲੰਧਰ ਸਿੰਘ ਸਿੱਧੂ ਉਹਨਾਂ ਦੀ ਵੱਡੀ ਭਰਮੀ ਹਾਜ਼ਰੀ ਹੈ ਅੱਜ ਇਸ ਖੇਡ ਮੇਲੇ ਤੇ ਸਾਰੇ ਕਬੱਡੀ ਦੇ ਪ੍ਰਮੋਟਰਾਂ ਦਾ ਸੁੱਖਾ ਧਾਲੀਵਾਲ ਜੀ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਵਾਲੇ ਉਹ ਵੀ ਕੁਝ ਹੀ ਸਮੇਂ ਦੇ ਦਰਮਿਆਨ ਪੁੱਜਣ ਜਾ ਰਹੇ ਹੈ ਅਲਬਰਟਾ ਦੇ ਵਿੱਚ ਵੱਡੇ ਬਜਟ ਦੀ ਟੀਮ ਬਣਾਉਂਦੇ ਹੈ ਇੱਧਰ ਕਾਲੂ ਕਬੱਡੀ ਪਾ ਰਿਹਾ ਹੈਲੋ ਕਬੱਡੀ ਓਪਨ ਵਾਲੇ ਵੀਰ ਖਿਡਾਰੀ ਸੁਣ ਲਓ ਦੂਜੇ ਰਾਊਂਡ ਦੀਆਂ ਟਾਈਆਂ ਮੈਚ ਤੋਂ ਬਾਅਦ ਖੱਬੇ ਹੱਥ ਕੱਢਣਗੀਆਂ ਟਾਈਆਂ ਇੱਕ ਬੱਚਾ ਚੱਕੂਗਾ ਜੇ ਕਿਸੇ ਵੀਰ ਨੂੰ ਇਤਰਾਜ਼ ਆ ਹਰੇਕ ਟੀਮ ਦਾ ਇੱਕ ਇੱਕ ਪਲੇਅਰ ਇੱਧਰਲੀ ਸਾਈਡ ਆ ਜੀ ਹੈਲੋ ਸਰਦਾਰ ਸਤਪਾਲ ਸਿੰਘ ਜੀ ਬਾਟ ਸਰਾਂ ਵਾਲੀ ਤੋਂ ਸਰਦਾਰ ਨਰਪੈਰ ਸਿੰਘ ਦੇ ਜੋ ਜੀ ਮਿੱਤਰ ਨੇ ਉਹ ਸਾਥੀਆਂ ਸਮੇਤ ਆਪਦੇ ਆਏ ਨੇ ਉਹਨਾਂ ਦਾ ਟੀਐਸਬੀ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਮੈਚ ਸਮਾਪਤ ਹੈ ਤੇ ਰਸੂਰਪੁਰ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਦਲਬਾਗ ਗੱਜਣ ਵਾਲਾ ਜੀ ਹਰਦੀਪ ਕੋਕਰੀ ਜੀ ਜਾਂ ਕੋਈ ਵੀ ਸਾਥੀ ਕਮੈਂਟੇਟਰ ਖੇਡ ਗਰਾਊਂਡ ਦੇ ਵਿੱਚ ਪੁੱਜੇ ਹਰਦੀਪ ਕੋਕਰੀ ਬਾਈ ਜੀ 70 ਦਾ ਮੈਚ ਕਰਾਉਣਾ ਆਪਾਂ ਫਾਈਨਲ ਮਾੜੀ ਮੁਸਤਫਾ ਤੇ ਪੰਜ ਗਰਾਈ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਆਹ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਟੀਐਸਪੀ ਕਲੱਬ ਰੋਟੇ ਤੇ ਬਘੇਲੇ ਵਾਲਾ ਨਾਲ ਹੀ 70 ਕਿਲੋ ਭਾਰ ਦੀਆਂ ਫਾਈਨਲ ਮੈਚ ਦੀਆਂ ਟੀਮਾਂ ਵੀ ਆਪ ਆਪਣੀ ਤਿਆਰੀ ਕਰਕੇ ਗਰਾਊਂਡ ਦੇ ਲਾਗੇ ਪੁੱਜੇ ਹਨ ਵੱਡੀਆਂ ਰੌਣਕਾਂ ਨੇ ਅੱਜ ਜ਼ਿਲ੍ਹੇ ਮੋਗੇ ਦੀ ਧਰਤੀ ਰੋਲੇ ਪਿੰਡ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਮੇਰੇ ਪੰਜਾਬੀ ਵੀਰੋ ਦਰਸ਼ਕ ਵੀਰਾਂ ਦਾ ਵੱਡਾ ਇਕੱਠ ਹੈ ਦੁਨੀਆਂ ਦੇ ਹੀਰੇ ਕਬੱਡੀ ਦੇ ਖਿਡਾਰੀ ਪੁੱਜ ਚੁੱਕੇ ਨੇ ਮਾੜੀ ਮੁਸਤਫਾ ਤੇ ਪੰਜ ਗਰਾਈਂ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਜਿੱਥੇ ਸਟੇਜ ਉੱਪਰ ਬੈਠੇ ਹੋਈਆਂ ਸਾਡੀਆਂ ਸਾਰੀਆਂ ਮਾਣਯੋਗ ਸ਼ਖਸੀਅਤਾਂ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਪੰਜ ਗਰਾਈਂ ਵਾਲੇ ਨਾਲ ਦੁਲਵਿੰਦਰ ਸਿੰਘ ਜੀ ਧਾਨਾ ਬੈਰੋ ਕੇ ਹੋ ਜਿੰਨੇ ਵੀ ਮਾਣਯੋਗ ਚਿਹਰੇ ਬੈਠੇ ਨੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਆਓ ਸਾਹਮਣੇ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਮਾੜੀ ਮੁਸਤਫਾ ਤੇ ਪੰਜ ਗਰਾਈਂ ਦੀਆਂ ਟੀਮਾਂ ਦੇ ਦਰਮਿਆਨ ਟੀਐਸਪੀ ਕਲੱਬ ਰੋਟੇ ਤੇ ਬਘੇਲੇ ਵਾਲਾ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਤਿਆਰਪੁਰ ਤਿਆਰ ਰਹਿਣ ਨਾਲ ਹੀ 70 ਕਿਲੋ ਭਾਰ ਦੀਆਂ ਜਿਹੜੀਆਂ ਫਾਈਨਲ ਮੈਚ ਦੀਆਂ ਟੀਮਾਂ ਨੇ ਉਹ ਵੀ ਖਿਡਾਰੀ ਜਿਹੜੇ ਆਪ ਆਪਣੇ ਮੈਚਾਂ ਦੇ ਮੁਤਾਬਕ ਤਿਆਰਪੁਰ ਤਿਆਰ ਰਹਿਣ ਮੇਰੇ ਵੀਰ ਮਾੜੀ ਮੁਸਤਫਾ ਤੇ ਪੰਜ ਗਰਾਈ ਮਾੜੀ ਦੀ ਟੀਮ ਜਿਹੜੀ ਐਸੋਕ ਪਿੰਡ ਵਾਲੀ ਸਾਈਡ ਆ ਗਈ ਹੈ ਤੇ ਦੂਜੇ ਪਾਸੇ ਟੀਮ ਜਿਹੜੀ ਪੰਜ ਗਰਾਈ ਦੀ ਲਾਸਟ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਕੇ ਖੇਡ ਮੈਦਾਨ ਦੇ ਵਿੱਚ ਮਾੜੀ ਪਿੰਡ ਦਾ ਸ਼ਿਕੰਦਰ
ਅੱਗੇ ਵੀ ਕੰਨੀ ਵਾਲਾ ਗੱਭਰੂ ਕਰਦਾ ਡੱਕਣ ਦੀ ਕੋਸ਼ਿਸ਼ ਤੇ ਪੁਆਇੰਟ ਐਸਕ ਰੇਡਰ ਦੇ ਹਿੱਸੇ ਹੈ ਕਿ ਕੀਤਾ ਸਿੱਖੀ ਦਾ ਪ੍ਰਚਾਰ ਜਿਹੜੇ ਕੌਮ ਦੇ ਸੀ ਗੱਦਾਰ ਕਰਦੇ ਦੋ ਨੰਬਰ ਕੰਮ ਮਾੜੇ ਜਾਲਮ ਚੁਣ ਚੁਣ ਗੱਡੀ ਚਾੜੇ ਪੁੱਤ ਜੋਗਿੰਦਰ ਸਿੰਘ ਦੇ ਲਾਡਾਂ ਦੇ ਨਾਲ ਪਾਲੇਗਾ ਜੋਧਿਆ ਕੰਬਦੀ ਹੁਣ ਤੱਕ ਦਿੱਲੀ ਨਾ ਸੁਣ ਭਿੰਡਰਾਂ ਵਾਲੇ ਦਾ ਜੋਧਿਆ ਕੰਬਦੀ ਹੁਣ ਤੱਕ ਦਿੱਲੀ ਨਾ ਸੁਣ ਭਿੰਡਰਾਂ ਵਾਲੇ ਦਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਾ ਦੀ ਜਨਮ ਭੂਮੀ ਹੈ ਲਓ ਲੋਹਾਂ ਪਿੰਡ ਦਾ ਕਰਮਾ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਪੁਆਇੰਟ ਐਸਕ ਮਾੜੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਦੇਵ ਦਿਆਲਪੁਰੇ ਪਿੰਡ ਦਾ ਨਾਲ ਮੇਰਾ ਵੀਰ ਬਿੱਲਾ ਗਾਲਬ ਰਣ ਸਿੰਘ ਦੀ ਧਰਤੀ ਦਾ ਮੈਨੇ ਪਿੰਡ ਦਾ ਜਸਵੀਰ ਤੇ ਮੇਰੇ ਵੀਰਿਓ ਸਾਡਾ ਵੀਰ ਬਰਗਾੜੀ ਵਾਲਾ ਫੈਸਲੇ ਕਰ ਰਹੇ ਨੇ ਨਾ ਪੁਆਇੰਟਾਂ ਦੇ ਲਓ ਸਾਹਮਣੇ ਪੰਜ ਗ੍ਰਾਈਮ ਵਾਲੇ ਨੌਜਵਾਨ ਗੱਭਰੂ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਹੈ ਚਾਰ ਜਾਫੀ ਨੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਕਿ ਕੋਚ ਸਾਧੂ ਸਿੰਘ ਪੱਤੋ ਡੀਪੀ ਮੱਖਣ ਚੜਿੱਕ ਵਾਲਾ ਕਾਕਾ ਫਤਿਹ ਗੜੀ ਅਤੇ ਚੈਨਾ ਮਸ਼ਹੂਰ ਬਈ ਪ੍ਰਮੋਟਰ ਜਲੰਧਰ ਸਿੱਧੂ ਕਰਮਪਾਲ ਲੰਡੇ ਕੇ ਰਿੱਕੂ ਸਿੱਧੂ ਫੂਲ ਅਤੇ ਮੇਜਰ ਭਲੂਰ ਬਈ ਕਬੱਡੀ ਦਾ ਦੀਵਾਨਾ ਅਵਤਾਰ ਹਾਂਗਕਾਂਗ ਵਾਲਾ ਜੋਧੇ ਤੇ ਬਿਆੰਤ ਦੇ ਪਿੰਡੂ ਹਜੂਰ ਬਈ ਗੱਗੀ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਆਪਣੀ ਟੀਮ ਦੇ ਹਿੱਸੇ ਜੋੜਦਾ ਆ ਨੌਜਵਾਨ ਗੱਭਰੂ ਮਾੜੀ ਪਿੰਡ ਇੱਕ ਪੁਆਇੰਟ ਦਾ ਵਾਧਾ ਕਰ ਚੁੱਕਿਆ ਹੈ ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਗੱਭਰੂ ਵਾਧਾ ਹੋਇਆ ਕਿ ਜਿਨ੍ਹਾਂ ਨੇ ਖੇਡੀ ਜੀ ਲਾ ਕੇ ਬੁਲਟ ਚੜਾ ਲਏ
ਕਬੱਡੀ 70 ਕਿਲੋ ਭਾਰ ਦੇ ਜਿਹੜੀਆਂ ਫਾਈਨਲ ਮੈਚ ਦੀਆਂ ਟੀਮਾਂ ਨੇ ਉਹ ਵੀ ਖਿਡਾਰੀ ਜਿਹੜੇ ਤਿਆਰ ਪਰ ਤਿਆਰ ਰਹਿਣ ਟੀਐਸਪੀ ਕਲੱਬ ਰੋਟੇ ਤੇ ਬਗੇਲੇਵਾਲ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਅਗਲਾ ਮੈਚ ਖੇਡਿਆ ਜਾਵੇਗਾ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਜਿੱਥੇ ਸਰਦਾਰ ਨਰਪੈਰ ਸਿੰਘ ਜੀ ਬਰਾੜ ਸਾਹਿਬ ਨਾਲ ਸਾਡੇ ਵੀਰ ਲਖਵਿੰਦਰ ਸਿੰਘ ਜੀ ਬਰਾੜ ਇਹਨਾਂ ਵੀਰਾਂ ਦੇ ਵੀ ਵੱਡੇ ਸਹਿਯੋਗ ਨੇ ਮੇਰੇ ਵੀਰੋ ਵੱਡੇ ਉਤਮ ਨੇ ਇਹਨਾਂ ਭਰਾਵਾਂ ਦੇ ਆਹ ਦੇਖਦੇ ਵੀ ਸਾਡੇ ਐਨਆਰਆਈ ਭਰਾਵਾਂ ਦੀ ਵੱਡੀ ਦੇਣ ਸਾਡੇ ਦਾਨੀ ਸੱਜਣਾ ਦੀ ਵੱਡੀ ਦੇਣ ਹੈ ਅੱਜ ਦੇਖਦੇ ਵੀ ਵੱਡਾ ਬਜਟ ਇਸ ਕਬੱਡੀ ਕੱਪ ਦਾ ਵੱਡੇ ਜਿਹੜੇ ਬੁਲਾਰੇ ਨੇ ਇਹਨਾਂ ਵੀਰਾਂ ਦੇ 3 ਲੱਖ ਰੁਪਇਆ ਜਿਹੜਾ ਇਹਨਾਂ ਭਰਾਵਾਂ ਵੱਲੋਂ ਦਿੱਤਾ ਜਾਣਾ ਹੈ ਸਰਦਾਰ ਨਰਪੈਰ ਸਿੰਘ ਜੀ ਬਰਾੜ ਯੂਐਸਏ ਲਖਵਿੰਦਰ ਸਿੰਘ ਜੀ ਬਰਾੜ ਦੋਨੋਂ ਵੀਰ ਜਿਹੜੇ ਵੱਡੇ ਯੋਗਦਾਨ ਨੇ ਇਹਨਾਂ ਵੀਰਾਂ ਦੇ ਮੇਰੇ ਵੀਰੋ ਪੂਰਾ 3 ਲੱਖ ਰੁਪਇਆ ਸਾਡੇ ਵੀ ਜੀਤੇ ਹੋਣੀ ਦੱਸ ਰਹੇ ਨੇ ਮਾਈਕ ਓਵਰ ਟੂ ਸਟੇਜ ਸਰਦਾਰ ਦਵਿੰਦਰ ਸਿੰਘ ਜੀ ਅੰਗਰੇਜ਼ ਔਰ ਹਰਜਿੰਦਰ ਸਿੰਘ ਜੀ ਜੋ ਸਰਦਾਰ ਦੀਪ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਬੇਟੇ ਨੇ ਕੈਨੇਡਾ ਤੋਂ ਆਏ ਨੇ ਔਰ ਕਲੱਬ ਵੱਲੋਂ ਉਹ ਜੋ ਸਟੇਜ ਤੇ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਰਦਾਰ ਦਵਿੰਦਰ ਸਿੰਘ ਔਰ ਹਰਜਿੰਦਰ ਸਿੰਘ ਲਾ ਸਾਹਮਣੇ ਦੇਖਦਾ ਵੀ ਜਿੰਨੀਆਂ ਵੀ ਕਾਰਵਾਈਆਂ ਸਟੇਜ ਦੇ ਉੱਪਰ ਹੋ ਰਹੀ ਹੈ
ਵਿੱਚੋਂ ਦੇਖਾਂਗੇ ਕਿਹੜਾ ਗੱਭਰੂ ਜੱਫਾ ਲਾਵੇਗਾ। ਚਾਰੇ ਜਾਫੀ ਦੁਨੀਆ ਦੇ ਵੀਰੇ ਖਿਡਾਰੀ ਨੇ, ਲਓ ਸਾਹਮਣੇ ਪਈ ਹੋਈ ਕਬੱਡੀ ਤੇ ਨੌਜਵਾਨ ਗੱਭਰੂ ਨੇ ਕੀਤੀ ਕੋਸ਼ਿਸ਼ ਅਸਲ ਤੋਂ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੋਈ ਪੁਆਇੰਟ ਬਗੇਲੇ ਵਾਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਅਗਲੀ ਕਬੱਡੀ ਪਾਣੇ ਪਿੰਡ ਦੇ ਸੇਵਕ ਦੀ ਹੈ। ਖੇਡ ਮੈਦਾਨ ਦੇ ਵਿੱਚ ਕਿ ਕੁੱਟ ਕੁੱਟ ਮਾਵਾਂ ਨੇ ਖਵਾਈਆਂ ਚੋਰੀਆਂ ਚੁੰਮ ਕੇ ਜਵਾਨ ਹੋ ਲਖਵਿੰਦਰ ਸਿੰਘ ਜੀ ਕੈਨੇਡਾ ਸਾਰੇ ਵੀਰਾਂ ਦੇ ਧੰਨਵਾਦ ਨੇ। ਹਰ ਇੱਕ ਪੁਆਇੰਟ ਦੇ ਉੱਪਰ ਸਾਡੇ ਵੀਰ ਪੈਸੇ ਲਾ ਰਹੇ ਨੇ, ਵੱਡੇ ਮਾਣ ਕਰ ਰਹੇ ਨੇ ਖਿਡਾਰੀਆਂ ਦੇ। ਲਾ ਮੰਦਰ ਰੋਡੇ ਪਿੰਡ ਦਾ ਨੌਜਵਾਨ ਗੱਭਰੂ ਪੁਆਇੰਟ ਲੈ ਕੇ ਵਾਪਸ ਵਾਧਾ ਹੋਇਆ ਆਪਣੇ ਪਾੜੇ ਦੇ ਵੱਲ ਨੂੰ। ਸਾਡੇ ਵੀ ਜਿੱਤੋ ਦੀ ਸਾਰੇ ਵੀਰਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ। ਲਾ ਸਾਹਮਣੇ ਪਈ ਹੋਈ ਕਬੱਡੀ ਹੈ, ਖੇਡ ਮੈਦਾਨ ਦੇ ਵਿੱਚ ਨਾਰਾ ਮੇਰੇ ਵੀਰੋ ਬਗੇਲੇ ਵਾਲੇ ਪਿੰਡ ਦਾ। ਲਾ ਇੱਕ ਬੰਨੇ ਆਹ ਨੌਜਵਾਨ ਬਲਰਾਜ ਸਿੰਘ ਬਾਜਾ ਮੇਰੇ ਵੀਰੋ, ਰੋਡੇ ਪਿੰਡ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕੀਤਾ ਇਸ ਗੱਭਰੂ ਨੇ, ਤੇ ਪੁਆਇੰਟ ਬਿੱਲਾ ਗਾਲਵ ਰਣ ਸਿੰਘ ਦੀ ਧਰਤੀ ਦਾ।
ਡੋਡੇ ਦੇ ਪੁਆਇੰਟ ਨੇ 10.5 ਤੇ ਬਘੇਲੇਵਾਲ ਦੇ ਪੁਆਇੰਟ ਨੇ 8 ਇਸ ਮੈਚ ਦੇ ਵਿੱਚੋਂ ਰੋਡੇ ਦੀ ਟੀਮ ਜੇਤੂ ਹੈ ਨਰਪੈ ਸਿੰਘ ਜੀ ਬਰਾੜ ਸਾਹਿਬ ਮੁਬਾਰਕਬਾਦ ਹੈ ਸਮੁੱਚੇ ਕਲੱਬ ਨੂੰ ਰੋਡਿਆਂ ਦੀ ਟੀਮ ਜਿਹੜੀ ਜਿੱਤ ਚੁੱਕੀ ਇਸ ਮੈਚ ਦੇ ਵਿੱਚੋਂ ਆਓ ਜੀ ਸ਼ੇਰੋ ਤੇ ਪਾਸਲਾ ਦੋਨੋਂ ਟੀਮਾਂ ਜਿਹੜੀਆਂ ਸੈਂਟਰ ਲਾਈਨ ਦੇ ਉੱਪਰ ਆ ਜਾਣ ਸਾਫੂਵਾਲਾ ਤੇ ਬਾਬਾ ਖੁਸ਼ਹਾਲ ਸਿੰਘ ਕਲੱਬ ਚੜਿਕ ਸ਼ੇਰੋ ਤੇ ਪਾਸਲੇ ਦੀਆਂ ਟੀਮਾਂ ਇਹ ਟੀਮਾਂ ਜਿਹੜੀਆਂ ਸੈਂਟਰ ਲਾਈਨ ਦੇ ਉੱਪਰ ਆ ਜਾਣ ਸ਼ੇਰੋ ਤੇ ਪਾਸਲਾ ਇਹ ਟੀਮਾਂ ਜਿਹੜੀਆਂ 70 ਕਿਲੋ ਭਾਰ ਦੀਆਂ ਫਾਈਨਲ ਮੈਚ ਦੀਆਂ ਟੀਮਾਂ ਜਿਹੜੀਆਂ ਖੇਡਣ ਜਾ ਰਹੀਆਂ ਪਾਸਲਾ ਤੇ ਸ਼ੇਰੋ ਦੀਆਂ ਨਾਲ ਹੀ ਦੇਵ ਸਿੰਘ ਜੀ ਭਾਣਾ ਉਹ ਆਪਣਾ 500 ਰੁਪਏ ਦਾ ਨਾਮ ਸਰਦਾਰ ਦੀਪ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਤੋਂ ਲੈਣ ਔਰ 500 ਰੁਪਇਆ ਸਰਦਾਰ ਜਲੰਧਰ ਉਹਨਾਂ ਤੋਂ ਆ ਕੇ ਲੈ ਜਾਣ ਰੋਡੇ ਟੀਮ ਨੂੰ ਅੱਜ ਦਾ ਇਹ ਬਹੁਤ ਬਹੁਤ ਵਧਾਈ ਲੱਖ ਲੱਖ ਵਾਰ ਮੁਬਾਰਕਬਾਦ ਸਮੁੱਚੇ ਕਲੱਬ ਨੂੰ ਹੈ ਪਿੰਡ ਦੀ ਟੀਮ ਜਿਹੜੀ ਜਿੱਤ ਚੁੱਕੀ ਹੈ ਮਾਈਕ ਤੋਂ ਅਗਲੀ ਗੱਲ ਮੇਰਾ ਵੀਰ ਦਿਲਬਾਗ ਗੱਜਣ ਵਾਲਾ ਸਾਫੂ ਵਾਲਾ ਤੇ ਬਾਬਾ ਖੁਸ਼ਹਾਲ ਸਿੰਘ ਕਲੱਬ ਚੜੇ ਸਾਡੇ ਵੀਰ ਨਰਪੈ ਸਿੰਘ ਜੀ ਯੂ ਐਸ ਏ ਵਾਲੇ
ਸਿਰਸੇ ਵਾਲੇ ਆਖਦੇ ਵੀ ਜਿਹੜੀ ਟੀਮ ਸਸਕਲੋ ਦੀ ਪਹਿਲਾ ਨਾਮ ਅੱਜ ਰੋਡਿਆਂ ਦੇ ਖੇਡ ਮੇਲੇ ਦੇ ਵਿੱਚੋਂ ਨਿਕਲੇਗੀ ਕਬੱਡੀ ਸਸਕਲੋ ਕਲਾਬ ਦੇ ਵਿੱਚ ਕਹਿੰਦੇ ਵੀ ਇਨਾਮ ਤੋਂ ਵੱਖਰਾ ਜਿਹੜਾ 2000 ਰੁਪਈਆ ਅਸੀਂ ਦੇਵਾਂਗੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਨਾਲ ਫਸਟ ਆਉਣ ਵਾਲੀ ਟੀਮ ਦੇ ਲਈ 2000 ਰੁਪਈਆ ਇਨਾਮ ਤੋਂ ਵੱਖਰਾ ਹੋਵੇਗਾ ਰਾਜਿਆਂ ਨੇ ਤੋਂ ਕੋਈ ਵੀਰਾ ਚੀਨਾ ਉਹਨਾਂ ਦੇ ਘਰੇ ਵੀਰ ਕੋਈ ਘਟਨਾ ਹੋਈ ਆ ਉਹਦੇ ਸਾਥੀਆਂ ਨੂੰ ਇੱਥੇ ਡੇਕ ਰਹੇ ਆ ਰਾਜਿਆਂ ਨੇ ਤੋਂ ਕੋਈ ਵੀਰਾ ਚੀਨਾ ਲੋ ਇੱਧਰ ਆਪਣੇ ਵੇਖਦੇ ਵੀ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ